ਸਤਿ ਸ਼੍ਰੀ ਅਕਾਲ, ਮੇਰਾ ਨਾਮ ਜੌਨ ਹੈ। ਮੈਂ ਸਰਕਾਰੀ ਹਾਈ ਸਕੂਲ ਮਨਸੂਰਵਾ ਦੋਨਾ ਵਿਖੇ ਪੜ੍ਹਦਾ ਹਾਂ। ਮੈਂ 6ਵੀਂ ਜਮਾਤ ਵਿੱਚ ਪੜ੍ਹਦਾ ਹਾਂ। ਮੈਂ ਅੱਜ ਤੁਹਾਨੂੰ ਮਾਂ ਬਾਰੇ ਇੱਕ ਕਵਿਤਾ ਸੁਣਾਉਣ ਜਾ ਰਿਹਾ ਹਾਂ। ਮੇਰੀ ਮਾਂ, ਮੁਝੇ ਜੋ ਵੀ ਮਿਲਾ ਹੈ ਸਭ ਤੇਰੀ ਦੁਆਓਂ ਕਾ ਮਿਲਾ ਹੈ। ਮਾਂ ਕੀ ਸ਼ਾਨ ਹੀ ਨਿਰਾਲੀ ਹੈ, ਇਸਕੇ ਬਿਨਾ ਨਸੀਬ ਹੀ ਖਾਲੀ ਹੈ। ਜਬ ਪਰੇਸ਼ਾਨੀਆਂ ਮੇਂ ਘਿਰ ਜਾਤੇ ਹੈਂ, ਪਰਦੇਸ਼ ਮੇਂ ਆਸੂਓਂ ਕੋ ਪਹੁੰਚਨੇ ਖਵਾਬੋਂ ਮੇਂ ਆ ਜਾਤੀ ਹੈ। ਜ਼ਿੰਦਗੀ ਕੇ ਸਫ਼ਰ ਮੇਂ ਗਰਦਿਸ਼ੋਂ ਕੀ ਧੂਪ ਮੇਂ, ਜਬ ਕੋਈ ਸਾਇਆ ਨਹੀਂ ਮਿਲਤਾ, ਤਬ ਯਾਦ ਆਤੀ ਹੈ ਮਾਂ। ਮੰਗਤੇ ਹੈਂ ਕੁਛ ਨਹੀਂ ਆਪਣੇ ਲੀਏ, ਖੁਦਾ ਸੇ ਆਪਣੇ ਬੱਚੋਂ ਕੇ ਲੀਏ, ਦਾਮਨ ਕੋ ਫੈਲਾਤੀ ਹੈ ਮਾਂ। ਮੌਤ ਕੇ ਆਗੋਸ਼ ਮੇਂ ਜਬ ਥੱਕ ਕਰ ਸੋ ਜਾਤੀ ਹੈ ਮਾਂ, ਤਬ ਕਹੀਂ ਜਾ ਕਰ ਸਕੂਨ ਥੋੜਾ ਸਾ ਪਾ ਜਾਤੀ ਹੈ ਮਾਂ। ਪਿਆਰ ਕਰਤੇ ਹੈ ਕਿਸੇ ਮਮਤਾ ਕਿਆ ਕਹੈ, ਕੋਈ ਉਨ ਬੱਚੋਂ ਸੇ ਪੂਛੋ ਜਿਨਕੀ ਮਰ ਜਾਤੀ ਹੈ ਮਾਂ। ਥੈਂਕ ਯੂ।